ਪੰਜਾਬ ਪੁਲਿਸ ਹੀ ਸੂਬੇ ਦੇ ਵਿੱਚ ਸੁਰੱਖਿਅਤ ਨਹੀਂ। ਜੀ ਹਾਂ, ਘਟਨਾ ਅੰਮ੍ਰਿਤਸਰ ਦੀ ਹੈ ਜਿੱਥੇ ਕਿ ਲੇਡੀ SHO ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਸਿਰ ਉੱਪਰ ਤੇਜ਼ ਧਾਰ ਹਥਿਆਰ ਨਾਲ ਕੀਤਾ ਗਿਆ ਹਮਲਾ। ਵੇਰਕਾ ਪੁਲਿਸ ਥਾਣੇ ਦੀ SHO ਅਮਨਜੋਤ ਕੌਰ ਉੱਤੇ ਕੀਤਾ ਗਿਆ ਹਮਲਾ। ਆਮ ਲੋਕ ਤਾਂ ਕੀ ਸੁਰੱਖਿਅਤ ਰਹਿਣਗੇ, ਇੱਥੇ ਪੰਜਾਬ ਪੁਲਿਸ ਹੀ ਸੂਬੇ ਵਿੱਚ ਸੁਰੱਖਿਅਤ ਨਹੀਂ। ਪਿੰਡ ਮਲਦਨ ਨੇੜੇ ਨਾਕਾਬੰਦੀ ਦੌਰਾਨ SHO ਤੇ ਹਮਲਾ ਕੀਤਾ ਗਿਆ। ਜਦੋਂ ਨਾਕਾਬੰਦੀ ਦੌਰਾਨ SHO ਇੱਥੇ ਪਹੁੰਚੇ ਤਾਂ ਨਸ਼ੇੜੀਆਂ ਵੱਲੋਂ SHO ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। SHO ਨੂੰ ਇਲਾਜ ਦੌਰਾਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।